ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਹਾ ਕਵਰੇਜ 2019 ਲੋਕ ਸਭਾ ਇਲੈਕਸ਼ਨ ਦੀ, ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਲਗਾਤਾਰ ਜਿਹੜੀਆਂ ਹੈ ਲੱਗੀਆਂ ਹੋਈਆਂ ਆਪ ਸਾਰੀ ਸੰਗਤਾਂ ਨੂੰ, ਦਰਸ਼ਕਾਂ ਨੂੰ ਪੁਖਤਾ ਰਿਜ਼ਲਟ ਦੇਣ ਵਾਸਤੇ ਕਿ ਕੌਣ ਕਰੇਗਾ ਇਸ ਲੋਕ ਸਭਾ ਦੇ ਵਿੱਚ ਪੰਜਾਬ ਤੋਂ ਉੱਧਰ ਦੀ ਲੋਕ ਸਭਾ ਦੀ ਹਾਜ਼ਰੀ, ਕੌਣ ਭਰੇਗਾ, ਕੌਣ ਇੱਥੇ ਪਹੁੰਚੇਗਾ, ਔਰ ਇਸ ਦਾ ਜੋ ਫੈਸਲਾ ਤਕਰੀਬਨ ਜੋ ਆ ਚੁੱਕਾ ਹੈਗਾ, ਡਿਕਲੇਅਰ ਹੋ ਚੁੱਕਾ ਹੈਗਾ, ਔਰ ਆਓ ਜਾਣਦੇ ਹੈਗਾ ਕਿ ਇਸ ਲੋਕ ਸਭਾ ਦੇ ਵਿੱਚ ਪੰਜਾਬ ਤੋਂ ਕੌਣ ਕੌਣ ਜਾ ਰਿਹਾ ਹੈਗਾ, ਔਰ ਕਿਹਨੂੰ ਕਿੰਨੀ ਵੋਟਾਂ ਮਿਲੀਆਂ ਹੈਗੀਆਂ, ਕੌਣ ਕੌਣ ਕਿੰਨੇ ਮਾਰਜਨ ਨਾਲ ਜਿੱਤਿਆ ਹੈਗਾ। ਦਾਅਵੇ ਤਾਂ ਬਹੁਤ ਕੀਤੇ ਗਏ ਸੀਗੇ ਹਰ ਕੈਂਡੀਡੇਟ ਵੱਲੋਂ, ਪਰ ਕਿਹਦੇ ਦਾਅਵੇ ਖਰੇ ਉਤਰੇ ਨੇ, ਕੌਣ ਆਪਣੇ ਦਾਅਵਿਆਂ 'ਤੇ ਖਰਾ ਉਤਰਿਆ ਅਤੇ ਕਿਹਨੂੰ ਨਿਰਾਸ਼ਾ ਦਾ ਸਾਹਮਣਾ ਕਰਦੇ ਹੋਏ ਵਾਪਸ ਲੌਟਣਾ ਪਿਆ, ਸਾਰਾ ਵਿਸ਼ਲੇਸ਼ਣ ਕਰਾਂਗੇ। ਅਕਾਲ ਚੈਨਲ ਦਿੱਲੀ ਸਟੂਡੀਓ ਤੋਂ ਖਾਸ ਜੋ ਪੇਸ਼ਕਸ਼ ਹੈਗੀ ਹੈ ਸਾਡੀ, ਉਸਦੇ ਰਿਗਾਰਡਿੰਗ ਹੀ ਗੱਲਬਾਤ ਕਰਾਂਗੇ, ਔਰ ਜਾਣਾਂਗੇ ਕਿ ਕੀ ਜਿਹੜੇ ਤਕਰੀਬਨ ਜੋ ਰੁਝਾਨ ਹੈਗੇ ਆ, ਰੋਜ਼ਾਨਾ ਦੇ ਅਕੋਰਡਿੰਗ ਜਿਹੜਾ ਕੀ ਰਿਜ਼ਲਟਸ ਰਹੇ ਨੇ, ਉਹ ਸਾਰੇ ਜੋ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਟਾਈਮ ਜੋ ਕਿ ਤੁਸੀਂ ਦੇਖ ਵੀ ਰਹੇ ਹੋ ਕਿ ਸਾਰੇ ਜਿਹੜੇ ਕੈਂਡੀਡੇਟ ਜਿਹੜੇ ਹੈਗੇ, ਉਹਨਾਂ ਦੇ ਨਾਮ ਤੁਸੀਂ ਸਕਰੀਨ 'ਤੇ ਪੜ੍ਹ ਵੀ ਰਹੇ ਹੈਗੇ ਹੋ ਕਿ ਲਗਾਤਾਰ ਚੱਲਦੇ ਪਏ ਨੇ, ਔਰ ਸਾਡੀ ਜਿਹੜੀ ਟੈਕਨੀਕਲ ਟੀਮ ਹੈਗੀ ਹੈ, ਮੈਂ ਜਾਣੂ ਤੁਹਾਨੂੰ ਕਰਾ ਵੀ ਦੇਵਾਂ ਕਿ ਗੁਰਵਿੰਦਰ ਸਿੰਘ ਰੰਧਾਵਾ ਅਤੇ ਜਸਪ੍ਰੀਤ ਸਿੰਘ ਸਾਡੇ ਨਾਲ ਇੱਥੇ ਮੌਜੂਦ ਨੇ, ਹੋਰ ਕੈਮਰੇ 'ਤੇ ਜਜਵਿੰਦਰ ਸਿੰਘ ਜੋ ਕਿ ਸੇਵਾ ਕਰ ਰਹੇ ਨੇ। ਲਗਾਤਾਰ ਸਵੇਰ ਤੋਂ ਅਸੀਂ ਡਟੇ ਹੋਏ ਹਾਂ, 13-14 ਤੋਂ ਵੱਧ ਘੰਟੇ ਹੋ ਗਏ ਨੇ, ਔਰ ਪੰਜਾਬ ਦੇ ਰੋਜ਼ਾਨਾ ਵੱਲ, ਪੰਜਾਬ ਦੇ ਜੋ ਫਾਈਨਲ ਰਿਜ਼ਲਟਸ ਹੈਗੇ ਆ ਉਹਨਾਂ ਵੱਲ ਅਸੀਂ ਤੁਹਾਨੂੰ ਲੈ ਕੇ ਆਵਾਂਗੇ, ਹੋਰ ਉਹ ਦਿਖਾਵਾਂਗੇ ਕਿ ਪੰਜਾਬ ਦੇ ਜਿਹੜੇ ਕੀ ਰਿਜ਼ਲਟਸ ਜਿਹੜੇ ਸੀਗੇ ਉਹ ਸਾਹਮਣੇ ਨਿਕਲ ਕੇ ਆਏ ਨੇ, ਪੰਜਾਬ ਦੇ ਕੀ ਰੁਝਾਨ ਜਿਹੜੇ ਸਾਹਮਣੇ ਨਿਕਲ ਕੇ ਆਏ ਨੇ। ਫੇਸਬੁੱਕ 'ਤੇ ਤੁਸੀਂ ਇਹਨੂੰ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਹੋ, ਜਲਦੀ ਤੋਂ ਜਲਦੀ ਇਹਨੂੰ ਤੁਸੀਂ ਸ਼ੇਅਰ ਵੀ ਕਰ ਦਿਓ। ਸਕਰੀਨ 'ਤੇ ਵੀ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ, ਹੋਰ ਸਕਰੀਨ 'ਤੇ ਤੁਹਾਡੇ ਵਾਸਤੇ ਵੀ ਅਸੀਂ ਲਗਾ ਵੀ ਰਹੇ ਹੈਗੇ ਸਾਰੀ ਤਸਵੀਰਾਂ। ਗੱਲ ਕਰਾਂਗੇ ਕਿ ਅਕਾਲੀ ਦਲ ਦੀ ਜਿਹੜੀ ਹੈਗੀ ਆ, ਦੋ ਸੀਟਾਂ ਆਪਣੀ ਜੋ ਪੁਸ਼ਤੈਨੀ ਸੀਟਾਂ ਸੀਗੀਆਂ ਜੋ ਕਿ ਉਸ ਬਾਦਲ ਪਰਿਵਾਰ ਦੀਆਂ, ਉਹਨਾਂ ਨੇ ਆਪਣੀ ਉਹਨਾਂ ਸੀਟਾਂ 'ਤੇ ਜਿਹੜੀ ਹੈਗੀ ਆ ਆਪਣੀ ਪਕੜ ਜੋ ਬਣਾਈ ਹੋਈ ਸੀਗੀ ਉਹਨੂੰ ਬਰਕਰਾਰ ਰੱਖਦੇ ਹੋਏ ਦੋ ਸੀਟਾਂ ਆਪਣੇ ਵੱਲ ਕੀਤੀਆਂ ਨੇ, ਔਰ ਕਾਂਗਰਸ ਵੀ ਜਿਹੜੀ ਹੈਗੀ ਹੈ, ਕਾਂਗਰਸ ਵੀ ਪਿੱਛੇ ਨਹੀਂ ਰਹੀ ਹੈਗੀ ਹੈ। ਕਾਂਗਰਸ ਨੇ ਵੀ ਜਿਹੜੀ ਹੈਗੀ ਆ ਜੇ ਆਪਣੀ ਮੌਜੂਦਾ ਜਿਸ ਤਰੀਕੇ ਦੀ ਦਾਅਵੇਦਾਰੀ ਕੀਤੀ ਸੀ ਉਸ ਤਰੀਕੇ 'ਤੇ ਤਾਂ ਨਹੀਂ, ਦਾਅਵੇਦਾਰੀ ਤਾਂ 13 ਸੀਟਾਂ 'ਤੇ ਕੀਤੀ ਗਈ ਸੀਗੀ, ਪਰ ਫਿਰ ਵੀ ਜੇ ਆਪਾਂ ਗੱਲ ਕਰਦੇ ਹਾਂ ਕਿ ਕਾਂਗਰਸ ਨੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈਗੀਆਂ ਸੀਟਾਂ ਆਪਣੇ ਵੱਲ ਕੀਤੀਆਂ ਹੈਗੀਆਂ ਨੇ। ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਜੋ ਰੁਝਾਨ ਜਿਹੜੇ ਸੀਗੇ ਉਹ ਵੀ ਲਗਾਤਾਰ ਜੋ ਐਗਜ਼ਿਟ ਪੋਲ ਦੇ ਵਿੱਚ ਵੀ ਆ ਰਹੇ ਸੀਗੇ ਉਹ ਵੀ ਕਾਂਗਰਸ ਦੇ ਪੱਖ ਦੇ ਵਿੱਚ ਹੀ ਆ ਰਹੇ ਸੀਗੇ, ਉਹਦੇ ਵਿੱਚ ਵੀ ਇਹੀ ਦੱਸਿਆ ਜਾ ਰਿਹਾ ਸੀਗਾ ਕਿ ਜਿਹੜੀ ਕਾਂਗਰਸ ਹੈਗੀ ਆ ਉਹ ਇਸ ਦੇ ਵਿੱਚ ਅੱਗੇ ਜਿੱਤ ਪ੍ਰਾਪਤ ਕਰੇਗੀ, ਹੋਰ ਕੋਈ ਸ਼ੱਕ ਨਹੀਂ ਇਸ ਦੇ ਵਿੱਚ ਕਿ ਕਾਂਗਰਸ ਨੇ ਜਿਹੜੀ ਹੈਗੀ ਹੈ ਉਹ ਜਿੱਤ ਜਿਹੜੀ ਹੈਗੀ ਆਪਣੇ ਵੱਲ ਕਾਫੀ ਜੋ ਅੱਗੇ ਵਧਾਈ ਵੀ ਹੈਗੀ ਆ। ਕਿਹੜੀ ਕਿਹੜੀ ਸੀਟਾਂ 'ਤੇ ਕਿਹੜੇ ਕਿਹੜੇ ਰੁਝਾਨ ਰਹੇ ਉਹ ਸਾਰੇ ਜਿਹੜੇ ਹੈਗੇ ਆਪ ਜੀ ਦੇ ਸਾਹਮਣੇ ਅਸੀਂ ਸਾਂਝੇ ਵੀ ਕਰਾਂਗੇ। ਸਭ ਤੋਂ ਪਹਿਲੇ ਸ਼ੁਰੂਆਤ ਕਰਾਂਗੇ ਕਿ ਵੀ ਕਿਹੜੀ ਸੀਟ ਤੋਂ ਅੰਮ੍ਰਿਤਸਰ ਦੀ ਜਿਹੜੀ ਬੜੀ ਪਵਿੱਤਰ ਜਿਹਨੂੰ ਧਰਤੀ ਮੰਨਦੇ ਹੈਗੇ ਹਾਂ ਅਸੀਂ, ਕਿ ਅੰਮ੍ਰਿਤਸਰ ਦੀ ਸੀਟ ਤੋਂ ਅਸੀਂ ਸ਼ੁਰੂਆਤ ਕਰਾਂਗੇ। ਗੁਰਜੀਤ ਸਿੰਘ ਔਜਲਾ ਕਾਂਗਰਸ ਤੋਂ ਉਹ ਜਿੱਤੇ ਨੇ, 99,626 ਵੋਟਾਂ ਦਾ ਮਾਰਜਨ ਜਿਹੜਾ ਹੈਗਾ ਉਹਨਾਂ ਨੇ ਲਿਆ ਹੈਗਾ, ਮਾਰਜਨ ਤੋਂ ਜਿੱਤੇ ਨੇ, ਹੋਰ ਹਰਦੀਪ ਸਿੰਘ ਪੁਰੀ ਨੂੰ ਜਿਹੜਾ ਉਹਨਾਂ ਨੇ ਮਾਤ ਦਿੱਤੀ ਹੈਗੀ ਹੈ, ਔਰ ਓਵਰਆਲ ਜੇ ਆਪਾਂ ਗੱਲ ਕਰਦੇ ਹੈਗੇ ਹਾਂ ਅਤੇ ਗੁਰਜੀਤ ਸਿੰਘ ਔਜਲਾ ਨੂੰ 4,44,052 ਵੋਟਾਂ, 4,45,032 ਵੋਟਾਂ ਪਈਆਂ ਨੇ, ਯਾਨੀ ਕਿ 51.78% ਵੋਟਾਂ ਪਈਆਂ ਨੇ, ਔਰ ਸੈਕਿੰਡ ਨੰਬਰ 'ਤੇ ਆ ਹਰਦੀਪ ਸਿੰਘ ਪੁਰੀ ਨੂੰ ਪਈਆਂ ਨੇ 3,45,406 ਵੋਟਾਂ, ਯਾਨੀ ਕਿ 40% ਵੋਟਾਂ, ਔਰ CPI ਦੀ ਜਸਵਿੰਦਰ ਕੌਰ ਨੂੰ ਵੀ 16,335 ਵੋਟਾਂ ਜੋ ਕਿ ਹੈਗੀਆਂ ਵੋਟਾਂ ਮਿਲੀਆਂ ਨੇ, ਔਰ ਇਹ ਯਾਨੀ ਕਿ ਕਾਫੀ ਜੋ ਕਿ ਸਾਰੇ ਹੋਰ ਕੈਂਡੀਡੇਟ ਦੀ ਜੇ ਆਪਾਂ ਗੱਲ ਕਰੀਏ ਤਾਂ ਟੋਟਲ 31 ਕੈਂਡੀਡੇਟ ਜਿਹੜੇ ਹੈਗੇ ਨੇ ਅੰਮ੍ਰਿਤਸਰ ਦੀ ਸੀਟ ਤੋਂ ਆਪਣੀ ਕਿਸਮਤ ਅਜਮਾ ਰਹੇ ਸੀਗੇ। ਤੀਸਰੇ ਨੰਬਰ 'ਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਰਹੇ ਨੇ, ਸਿਰਫ ਔਰ ਸਿਰਫ 20,000 ਵੋਟਾਂ, ਯਾਨੀ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਐਡੀ ਵੱਡੀ ਕੰਸਟੀਟੈਂਸੀ ਦੇ ਵਿੱਚ ਸਿਰਫ 20,000 ਵੋਟਾਂ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਸੋਚਣ ਵਾਲੀ ਗੱਲ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਕੀ ਪੋਜੀਸ਼ਨ ਹੈਗੀ। ਅਗਲੀ ਸੀਟ ਵੱਲ ਚੱਲਦੇ ਹਾਂ, ਅਨੰਦਪੁਰ ਸਾਹਿਬ ਦੀ, ਅਨੰਦਪੁਰ ਸਾਹਿਬ ਦੇ ਤਖਤ ਦੀ ਸੀਟ ਦੀ ਗੱਲ ਕਰਾਂਗੇ। ਸਾਰੀ ਤਸਵੀਰਾਂ ਵੀ ਤੁਸੀਂ ਖੱਬੇ ਪਾਸੇ ਜੋ ਕਿ ਸੱਜੇ ਪਾਸੇ ਸਕਰੀਨ 'ਤੇ ਦੇਖ ਵੀ ਰਹੇ ਹੈਗੇ ਹੋ। ਅਨੰਦਪੁਰ ਸਾਹਿਬ ਦੀ ਸੀਟ ਦੀ ਗੱਲ ਕਰ ਦਾਂਗੇ, ਮਨੀਸ਼ ਤਿਵਾਰੀ ਕਾਂਗਰਸ ਤੋਂ ਉਹ ਜਿੱਤੇ ਨੇ, ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੇ 46,864 ਵੋਟਾਂ ਤੋਂ ਪਿੱਛੇ ਛੱਡਿਆ ਹੈਗਾ, ਔਰ ਓਵਰਆਲ ਜੇ ਆਪਾਂ ਗੱਲ ਕਰਦੇ ਹਾਂ ਕਿ ਅਨੰਦਪੁਰ ਸਾਹਿਬ ਸੀਟ ਤੋਂ ਮਨੀਸ਼ ਤਿਵਾਰੀ ਨੂੰ ਮਿਲੀਆਂ
4,28,045 ਵੋਟਾਂ 39% ਵੋਟਾਂ ਔਰ ਸੈਕਿੰਡ ਨੰਬਰ 'ਤੇ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਮਿਲੀਆਂ 3,81,61 ਵੋਟਾਂ ਔਰ 35% ਵੋਟਾਂ ਉਹਨਾਂ ਨੂੰ ਪਈਆਂ। ਤੀਸਰੇ ਨੰਬਰ 'ਤੇ ਉੱਥੇ PDA ਦੇ ਅਲਾਇੰਸ ਦੇ ਜਿਹੜੇ ਕਿ ਸੋਢੀ ਵਿਕਰਮ ਸਿੰਘ ਉਹ ਬਹੁਜਨ ਸਮਾਜ ਪਾਰਟੀ BSP ਤੋਂ ਖੜ੍ਹੇ ਸੀਗੇ, 1,46,441 ਵੋਟਾਂ 13% ਵੋਟਾਂ ਉਹਨਾਂ ਨੂੰ ਮਿਲੀਆਂ। ਅਗਲੀ ਸੀਟ ਵੱਲ ਚੱਲਦੇ ਹਾਂ ਬਠਿੰਡੇ ਦੀ, ਜਿਹੜੀ ਕਿ ਜਿਹਨੂੰ ਇੱਕ ਬੜੀ ਇੱਕ ਹੋਟ ਸੀਟ ਮੰਨਿਆ ਜਾਂਦਾ ਸੀਗਾ। ਔਰ ਹੋਟ ਸੀਟ ਕਿਉਂ? ਕਿਉਂਕਿ ਵੱਡੇ ਸਾਰੀ ਪਾਰਟੀਆਂ ਦੇ ਵੱਡੇ ਦਾਅਵੇਦਾਰ ਉੱਥੇ ਖੜ੍ਹੇ ਸੀਗੇ, ਦੋ ਬੀਬੀਆਂ ਆਪਸ ਦੇ ਵਿੱਚ, ਬੀਬੀਆਂ ਦੀ ਵੀ, ਕਿਉਂਕਿ ਇਹ ਕਿਤੇ ਇਹ ਦੇਖਿਆ ਜਾਂਦਾ ਕਿ ਜਦੋਂ ਲੇਡੀਜ਼ ਸੀਟ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਇੱਕ ਟਫ ਫਾਈਟ ਹੁੰਦੀ ਹੈ, ਪਰ ਦੋ ਪਾਰਟੀ ਦੀ ਜਿਹੜੀ ਹੈਗੀ ਆ ਇੱਕ ਸੀਨੀਅਰ ਲੀਡਰ ਉੱਥੇ ਖੜ੍ਹੇ ਸੀਗੇ, ਬੀਬਾ ਹਰਸਿਮਰਤ ਕੌਰ ਬਾਦਲ ਸੀਗੇ ਅਤੇ ਅੱਗੇ ਉੱਧਰ ਦੇ ਮੌਜੂਦਾ MLA ਪ੍ਰੋਫੈਸਰ ਬਲਜਿੰਦਰ ਕੌਰ ਸੀਗੇ ਔਰ ਰਾਜਾ ਵੜਿੰਗ ਜੋ ਸੀਗੇ, ਉਸ ਤੋਂ ਇਲਾਵਾ ਸੁਖਪਾਲ ਖਹਿਰਾ। ਇੱਕ ਬੜਾ ਇੱਕ ਜੋ ਕਿ ਜੋ ਚਾਰ ਤਰਫਾ ਜਿਹੜੇ ਚੌਤਰਫਾ ਮੁਕਾਬਲਾ ਜਿਹੜਾ ਬਣਿਆ ਹੋਇਆ ਸੀਗਾ, ਪਰ ਬਾਜੀ ਮਾਰਨ 'ਚ ਸਫਲ ਰਹੀ, ਹੈਟ੍ਰਿਕ ਬਣਾਉਣ 'ਚ ਸਫਲ ਰਹੀ ਬੀਬਾ ਹਰਸਿਮਰਤ ਕੌਰ ਬਾਦਲ। ਔਰ ਕਿਉਂਕਿ ਇੱਕ ਫਸਵਾਂ ਮੁਕਾਬਲ ਸੀ ਔਰ ਅਕਾਲੀ ਦਲ ਦੀ ਆਪਾਂ ਕਹਿ ਸਕਦੇ ਹਾਂ ਕਿ ਮੁੱਛ ਦਾ ਸਵਾਲ ਸੀਗਾ, ਸੋ ਇਸ ਦੇ ਰਾਹੀਂ ਹੈ ਬਠਿੰਡਾ ਦੀ ਸੀਟ 'ਤੇ ਜੋ ਕਾਫੀ ਜੋ ਜ਼ੋਰ ਲੱਗਿਆ ਰਿਹਾ ਭਾਵੇਂ ਉਹ ਦਿੱਲੀ ਕਮੇਟੀ SGPC ਦੇ ਮੈਂਬਰਾਂ ਨੂੰ ਲਗਾ ਕੇ ਕੀਤਾ, ਪਰ ਅਕਾਲੀ ਦਲ ਆਪਣੀ ਉਹ ਸੀਟ ਕੱਢਣ ਦੇ ਵਿੱਚ ਜਿਹੜੀ ਹੈਗੀ ਹੈ ਬਕਾਇਦਾ ਜਿਹੜੀ ਹੈਗੀ ਹੈ ਸਫਲ ਰਹੀ ਹੈਗੀ ਹੈ। ਔਰ ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਜਿਹੜੀ ਹੈਗੀ ਹੈ ਰਾਜਾ ਵੜਿੰਗ ਨੂੰ ਹਰਾਉਂਦਿਆਂ ਹੋਇਆ 21,772 ਦੇ ਮਾਰਜਨ ਤੋਂ ਜਿੱਤੀ ਹੈਗੀ। ਔਰ ਪਿਛਲੀ ਵਾਰੀ ਵੀ ਤੁਹਾਨੂੰ ਦੱਸ ਦਈਏ ਉਹ ਸਿਰਫ ਬੀਬਾ ਹਰਸਿਮਰਤ ਕੌਰ ਬਾਦਲ ਸਿਰਫ 19,395 ਵੋਟਾਂ ਦੇ ਮਾਰਜਨ ਤੋਂ ਹੀ ਜਿੱਤੀ ਸੀਗੀ, ਐਤਕੀ ਉਹ 2,000 ਵੱਧ ਵੋਟਾਂ ਦਾ ਮਾਰਜਨ ਲੈ ਕੇ ਗਈ ਹੈਗੀ ਆ। ਓਵਰਆਲ ਜੇ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਹਰਸਿਮਰਤ ਕੌਰ ਬਾਦਲ ਨੂੰ ਕਿੰਨੀਆਂ ਵੋਟਾਂ ਪਈ ਹੈਗੀਆਂ ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ 4,92,824 ਵੋਟਾਂ, ਯਾਨੀ 41% ਵੋਟਾਂ ਪਈਆਂ। ਔਰ ਕਿਉਂਕਿ ਬੜੀ ਵੱਡੀ ਨਿਗਾਹ ਸੀਗੀ, ਸੈਕਿੰਡ ਨੰਬਰ 'ਤੇ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ, 4,71,052 ਵੋਟਾਂ, ਯਾਨੀ ਕਿ 39%। ਜੇ ਆਪਾਂ ਪਰਸੈਂਟੇਜ ਦੀ ਗੱਲ ਕਰੀਏ ਸਿਰਫ 2% ਦਾ ਡਿਫਰੈਂਸ ਰਿਹਾ ਰਾਜਾ ਵੜਿੰਗ ਔਰ ਹਰਸਿਮਰਤ ਬਾਦਲ ਦੇ ਵਿੱਚ। ਤੀਸਰੇ ਨੰਬਰ 'ਤੇ ਰਹੀ ਬੀਬਾ ਪ੍ਰੋਫੈਸਰ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਤੋਂ, ਲੋਕਲ MLA ਸੀਗੇ ਪਰ ਫਿਰ ਵੀ 1,34,398 ਵੋਟਾਂ 11% ਵੋਟਾਂ ਉਹ ਲੈ ਗਏ ਨੇ, ਕਿਉਂਕਿ ਕਾਂਗਰਸ ਔਰ ਅਕਾਲੀਆਂ ਦਾ ਟਫ ਕੰਪਟੀਸ਼ਨ ਸੀਗਾ, ਪਰ ਫਿਰ ਵੀ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੀ ਬਾਜ਼ੀ ਦਿਖਾਈ ਹੈਗੀ ਹੈ। ਪਰ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਆਤਮ ਮੰਥਨ ਕਰਨ ਦੀ ਲੋੜ ਹੈਗੀ ਹੈ ਕਿ ਉਹ ਆਪਣੇ MLAs ਮੌਜੂਦਾ MLAs ਦੇ ਹੋਣ ਦੇ ਬਾਵਜੂਦ ਵੀ ਸਿਰਫ ਜੇ 11% ਵੋਟਾਂ ਹੀ ਉਹਨਾਂ ਨੂੰ ਮਿਲ ਰਹੀਆਂ ਅਤੇ ਆਮ ਆਦਮੀ ਪਾਰਟੀ ਕਿੱਥੇ ਜਾ ਰਹੀ ਹੈ। ਪੰਜਾਬ 'ਚ ਚੌਥੇ ਨੰਬਰ 'ਤੇ ਸੁਖਪਾਲ ਸਿੰਘ ਖਹਿਰਾ, 38,199 ਵੋਟਾਂ, ਸਿਰਫ 3% ਵੋਟਾਂ ਦੇ ਨਾਲ ਉਹਨਾਂ ਨੇ ਜਿਹੜਾ ਹੈਗਾ ਬਠਿੰਡਾ ਦੇ ਵਿੱਚ ਆਪਣੀ ਜੋ ਕਿ ਆਗਾਜ਼ ਕੀਤਾ ਆਪਣੀ, ਅਤੇ 3% ਜੋ ਕਿ ਬਹੁਤ ਥੋੜ੍ਹਾ ਮਾਰਜਨ ਹੈਗਾ, ਅਤੇ ਇੱਕ ਟਫ ਫਾਈਟ ਰਹੀ ਸੀ ਕਿ ਉਸ ਤੋਂ ਇਲਾਵਾ ਅਗਲੀ ਸੀਟ ਫਰੀਦਕੋਟ ਜਿੱਥੇ ਮੁਹੰਮਦ ਸਦੀਕ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਉਹ ਜਿੱਤੇ ਨੇ, 83,262 ਵੋਟਾਂ ਜਿਹੜੀ ਸੀਗੀਆਂ ਉਹਨਾਂ ਨੇ ਉਹ ਮਾਰਜਨ ਦਾ ਰਿਹਾ ਉਹਨਾਂ ਦਾ, ਗੁਲਜ਼ਾਰ ਸਿੰਘ ਰਾਣੀ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਂਦੇ ਹੋਏ। ਔਰ ਜੇ ਓਵਰਆਲ ਟੋਟਲ ਵੋਟਾਂ ਦੀ ਗੱਲ ਕਰਦੇ ਹੈਗੇ ਹਾਂ ਤਾਂ ਮੁਹੰਮਦ ਸਦੀਕ ਨੂੰ ਜਿਹੜਾ ਹੈਗਾ ਕਾਂਗਰਸ ਤੋਂ ਟੋਟਲ 4,17,936 ਵੋਟਾਂ ਪਈਆਂ ਜੋ ਕਿ 43% ਰਹੀਆਂ। ਔਰ ਸੈਕਿੰਡ ਨੰਬਰ 'ਤੇ ਆਏ ਗੁਲਜ਼ਾਰ ਸਿੰਘ ਰਾਣੀਕੇ ਨੂੰ ਪਈਆਂ ਅਕਾਲੀ ਦਲ ਤੋਂ 3,34,674 ਵੋਟਾਂ ਜੋ ਕਿ 34% ਨੇ। ਔਰ ਤੀਸਰੇ ਨੰਬਰ 'ਤੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ, ਉਹਨਾਂ ਨੂੰ ਜਿਹੜਾ ਹੈਗਾ ਪ੍ਰੋਫੈਸਰ ਸਾਧੂ ਸਿੰਘ ਨੂੰ ਸਿਰਫ 1,14,610 ਵੋਟਾਂ ਜੋ ਕਿ 11% ਰਹੀਆਂ ਉਹ ਵੋਟਾਂ ਮਿਲੀਆਂ। ਹੋਰ ਇੱਥੇ ਇੱਕ ਸੋਚਣ ਵਾਲੀ ਗੱਲ ਹੈਗੀ ਹੈ ਕਿ ਪ੍ਰੋਫੈਸਰ ਸਾਧੂ ਸਿੰਘ ਜਿਹੜੇ ਪਿਛਲੀ ਵਾਰੀ 1,72,516 ਵੋਟਾਂ ਤੋਂ MP ਜਿੱਤੇ ਸੀਗੇ, ਤਕਰੀਬਨ ਪੌਣੇ 2 ਲੱਖ ਵੋਟਾਂ ਤੋਂ ਜਿੱਤੇ ਸੀਗੇ, ਐਤਕੀ ਉਹਨਾਂ ਨੂੰ ਓਨੀਆਂ ਵੋਟਾਂ ਵੀ ਨਹੀਂ ਪਈਆਂ ਕਿ ਜਿੰਨੀਆਂ ਵੋਟਾਂ ਤੋਂ ਪਿਛਲੀ ਵਾਰੀ ਜਿੱਤੇ ਸੀਗੇ। ਸੋਚਣ ਵਾਲੀ ਗੱਲ ਹੈਗੀ ਹੈ, ਸਿਰਫ 1,14,610 ਵੋਟਾਂ, 11% ਵੋਟਾਂ ਪਈਆਂ, ਪਿਛਲੀ ਵਾਰ 2 ਲੱਖ ਵੋਟਾਂ ਤੋਂ ਜਿੱਤਦੇ ਨੇ ਅਤੇ ਪਰ ਐਤਕੀ ਓਨੀਆਂ ਵੋਟਾਂ ਵੀ ਨਹੀਂ ਪਈਆਂ ਜਿੰਨੀ ਵੋਟਾਂ ਤੋਂ ਜਿੱਤਦੇ ਸੀਗੇ। ਆਮ ਆਦਮੀ ਪਾਰਟੀ ਬੜੀ ਬੁਰੀ ਹਾਲਤ 'ਚ ਹੈਗੀ ਹੈ ਪੰਜਾਬ ਦੇ ਵਿੱਚ। ਅੱਗੇ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਜੋ ਫਤਿਹਗੜ੍ਹ ਸਾਹਿਬ ਦੀ ਸੀਟ ਵੱਲ, ਉਸ ਕੋਨਸਟੀਟੈਂਸੀ ਦੇ ਵਿੱਚ ਅਮਰ ਸਿੰਘ ਕਾਂਗਰਸ ਤੋਂ ਉਹ ਜਿੱਤੇ ਨੇ, ਦਰਬਾਰਾ ਸਿੰਘ ਗੁਰੂ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੇ 93,898 ਵੋਟਾਂ ਤੋਂ ਜਿਹੜਾ ਹੈਗਾ ਨੀਚਾ ਦਿਖਾਇਆ। ਹਰਿੰਦਰ ਸਿੰਘ ਖਾਲਸਾ ਪਹਿਲੇ ਆਮ ਆਦਮੀ ਪਾਰਟੀ ਤੋਂ ਇੱਥੇ 54,144 ਵੋਟਾਂ ਤੋਂ ਜਿੱਤੇ ਸੀਗੇ, ਪਰ ਐਤਕੀ ਕੀ ਸਕੋਰ ਰਿਹਾ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹੈਗੇ ਹਾਂ। ਸਭ ਤੋਂ ਵੱਧ ਜਿਹੜਾ ਸਕੋਰ ਰਿਹਾ ਅਮਰ ਸਿੰਘ ਕਾਂਗਰਸ ਤੋਂ 4,11,651 ਵੋਟਾਂ, ਯਾਨੀ 41% ਦੇ ਨਾਲ। ਦੂਸਰੇ ਨੰਬਰ 'ਤੇ ਰਹੇ ਦਰਬਾਰਾ ਸਿੰਘ ਗੁਰੂ ਅਕਾਲੀ ਦਲ ਤੋਂ
317,753 ਵੋਟਾਂ 32% ਔਰ ਤੀਸਰੇ ਨੰਬਰ 'ਤੇ ਬਨਦੀਪ ਸਿੰਘ ਆਮ ਆਦਮੀ ਪਾਰਟੀ ਤੋਂ 62,881 ਵੋਟਾਂ 6.38% ਔਰ ਮਨਵਿੰਦਰ ਸਿੰਘ ਗਿਆਸਪੁਰ ਕਿਉਂਕਿ ਜੋ ਕਿ ਚੌਥੇ ਉਹ ਪੀ ਡੀ ਏ ਦੇ ਕੈਂਡੀਡੇਟ ਸੀਗੇ 1,42,274 ਵੋਟਾਂ ਉਹਨਾਂ ਨੂੰ ਪਈਆਂ 14% ਵੋਟਾਂ ਜਿਹੜੀ ਹੈਗੀ ਆ ਉਹ ਲੈਣ ਦੇ ਵਿੱਚ ਫਿਰ ਵੀ ਕਾਮਯਾਬ ਹੋਏ ਤੀਸਰੇ ਨੰਬਰ 'ਤੇ ਆਏ ਆਮ ਆਦਮੀ ਪਾਰਟੀ ਚੌਥੇ ਨੰਬਰ 'ਤੇ ਰਹੀ ਉਸ ਤੋਂ ਇਲਾਵਾ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਰੋਜ਼ਪੁਰ ਸੀਟ ਇਸ ਦੇ ਉੱਪਰ ਵੀ ਬਹੁਤ ਗੱਲਾਂ ਚੱਲ ਰਹੀਆਂ ਸੀ ਕਿਉਂਕਿ ਇਹ ਸੀਟ ਅਕਾਲੀ ਦਲ ਦੀ ਮੰਨੀ ਜਾਂਦੀ ਸੀਗੀ ਕਿਉਂਕਿ ਸ਼ੇਰ ਸਿੰਘ ਗੋਬਾਇਆ ਇੱਥੋਂ ਪਹਿਲੇ ਐਮ ਪੀ ਵੀ ਰਹੇ ਨੇ ਪਹਿਲੇ ਅਕਾਲੀ ਦਲ ਨਾਲ ਜੁੜੇ ਸੀ ਪਰ ਬਾਅਦ 'ਚ ਜਦੋਂ ਕਾਂਗਰਸ 'ਚ ਆਏ ਤਾਂ ਉਹ ਕਾਂਗਰਸ ਦੇ ਐਮ ਪੀ ਬਣੇ ਰਹੇ ਹੁਣ ਸੁਖਬੀਰ ਸਿੰਘ ਬਾਦਲ ਆਪ ਇੱਕ ਉਸੇ ਹਲਕੇ ਦੀ ਇੱਕ ਸੀਟ ਦੇ ਜਿਹੜੇ ਹੈਗੇ ਆ ਜਲਾਲਾਬਾਦ ਦੇ ਉਹ ਐਮ ਐਲ ਏ ਵੀ ਰਹੇ ਐਮ ਐਲ ਏ ਵੀ ਹੈਗੇ ਆ ਹੋਰ ਰਵਨੀਤ ਬਿੱਟੂ ਹੋਰ ਭਗਵੰਤ ਮਾਨ ਤੱਕ ਨੂੰ ਉਹਨਾਂ ਨੇ ਜਿਹੜੇ ਹੈਗੇ ਐਮ ਐਲ ਏ ਚੋਣਾਂ ਦੇ ਵਿੱਚ ਹਰਾਇਆ ਸੀਗਾ ਸੋ ਇੱਕ ਪੈਤਰਕ ਸੀਟ ਵੀ ਇਹਨੂੰ ਮੰਨਿਆ ਜਾ ਸਕਦਾ ਸੀਗਾ ਪਰ ਸੁਖਬੀਰ ਬਾਦਲ ਆਪਣੀ ਇਹ ਸੀਟ ਕੱਢਣ ਦੇ ਵਿੱਚ ਵੀ ਕਾਮਯਾਬ ਰਹੇ ਹੈਗੇ ਆ ਔਰ ਬਹੁਤ ਵੱਡੇ ਮਾਰਜਨ ਤੋਂ 198,850 ਵੋਟਾਂ ਤੋਂ ਉਹ ਜਿੱਤੇ ਨੇ ਸ਼ੇਰ ਸਿੰਘ ਗੋਬਾਇਆ ਨੂੰ ਤਕਰੀਬਨ 2,00,000 ਵੋਟਾਂ ਨਾਲ ਹਰਾਇਆ ਜਦਕਿ ਪਿਛਲੀ ਵਾਰੀ ਸ਼ੇਰ ਸਿੰਘ ਗੋਬਾਇਆ 31,000 ਵੋਟਾਂ ਨਾਲ ਜਿੱਤੇ ਸੀਗੇ ਸੋ ਅੱਗੇ ਜੇ ਆਪਾਂ ਜੇ ਟੋਟਲ ਵੋਟਾਂ ਦੀ ਗੱਲ ਕਰਦੇ ਹੈਗੇ ਹਾਂ ਅਤੇ ਫਿਰੋਜ਼ਪੁਰ ਦੀ ਇਸ ਸੀਟ ਤੋਂ ਟੋਟਲ ਵੋਟਾਂ ਸੁਖਬੀਰ ਸਿੰਘ ਬਾਦਲ ਨੂੰ ਪਈਆਂ 633,427 ਯਾਨੀ ਕਿ 54% ਵੋਟਾਂ ਸ਼ੇਰ ਸਿੰਘ ਗੋਬਾਇਆ ਦੂਸਰੇ ਨੰਬਰ 'ਤੇ ਆਏ 434,577 ਵੋਟਾਂ ਯਾਨੀ ਕਿ 37% ਬਹੁਤ ਵੱਡਾ ਜੋ ਕਿ ਇੱਕ ਮਾਰਜਨ ਜਿਹੜਾ ਇਹਦੇ ਵਿੱਚ ਰਿਹਾ ਪਰ ਫਿਰ ਵੀ ਜੇ ਤੀਸਰੇ ਨੰਬਰ 'ਤੇ ਜੇ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਹੋਰ ਵੀ ਜਿਹੜੇ ਇਹਦੇ ਵਿੱਚ ਕਾਫੀ ਕੈਂਡੀਡੇਟ ਸੀਗੇ ਪਰ ਆਪਸ ਦੇ ਵਿੱਚ ਜੋ ਮੁਕਾਬਲਾ ਜਿਹੜਾ ਹੈਗਾ ਦੋ ਤਰਫਾ ਹੀ ਸੀਗਾ ਤੀਸਰੇ ਨੰਬਰ 'ਤੇ ਫਿਰ ਵੀ ਹੰਸਰਾਜ ਗੋਲਡਨ ਔਰ ਹਰਿੰਦਰ ਸਿੰਘ ਕਾਕਾ ਜੋ ਕਿ ਸਰਨ ਜੋ ਆਮ ਆਦਮੀ ਪਾਰਟੀ ਅਤੇ ਔਰ ਸੀ ਪੀ ਆਈ ਪਾਰਟੀ ਤੋਂ ਰਹੇ ਹੈ ਤੀਸਰੇ ਔਰ ਚੌਥੇ ਨੰਬਰ 'ਤੇ ਅੱਗੇ ਅਸੀਂ ਚੱਲਦੇ ਹਾਂ ਗੁਰਦਾਸਪੁਰ ਦੀ ਸਭ ਤੋਂ ਵੱਡੀ ਸੀਟ ਪੂਰੇ ਪੰਜਾਬ ਦੀ ਕਿ ਪੂਰੇ ਦੁਨੀਆ ਦੀ ਨਜ਼ਰ ਇਸ ਸੀਟ 'ਤੇ ਸੀਗੀ ਕਿਉਂਕਿ ਸੰਨੀ ਦਿਓਲ ਜਿਹੜੇ ਸੀਗੇ ਉਹ ਇਸ ਸੀਟ ਤੋਂ ਖੜ੍ਹੇ ਸੀਗੇ ਔਰ ਗੁਰਦਾਸਪੁਰ ਦੀ ਸੀਟ ਤੋਂ ਸੰਨੀ ਦਿਓਲ ਨੇ ਬਖੂਬੀ ਆਪਣੀ ਜਿਹੜੀ ਹੈਗੀ ਆ ਉਹ 2.5 ਕਿਲੋ ਦਾ ਜਿਹੜਾ ਹੱਥ ਦਾ ਦਮ ਜਿਹੜਾ ਹੈਗਾ ਉਹ ਦਿਖਾਇਆ ਹੈਗਾ ਔਰ ਜਿੱਤੇ ਨੇ ਬਾਕਾਇਦਾ ਜਿੱਤੇ ਨੇ ਔਰ ਸੁਨੀਲ ਜਾਖੜ ਕਿਉਂਕਿ ਜਿਨ੍ਹਾਂ 'ਤੇ ਪੂਰੇ ਕਾਂਗਰਸ ਦੀ ਜਿਹੜੀ ਹੈਗੀ ਦਾਅ ਲੱਗਾ ਹੋਇਆ ਸੀਗਾ ਅਗਲੇ ਸੀ ਐੱਮ ਦੀ ਗੱਲ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤੀ ਸੀਗੀ ਕਿ ਉਹ ਸੁਨੀਲ ਜਾਖੜ ਨੂੰ ਦੇਖਦੇ ਨੇ ਪਰ ਸੁਨੀਲ ਜਾਖੜ ਜੋ ਕਿ ਇੱਕ ਪੁਸ਼ਤੈਨੀ ਸੀਟ ਸੀਗੀ ਕਿਉਂਕਿ ਉਹ ਬਾਲੀਵੁੱਡ ਦੀ ਸੀਟ ਵੀ ਉਹਨੂੰ ਕਹਿ ਸਕਦੇ ਹਾਂ ਵਿਨੋਦ ਖੰਨਾ ਪਹਿਲੇ ਉੱਥੋਂ ਐੱਮ ਪੀ ਰਹੇ ਨੇ ਦੋ ਤਿੰਨ ਵਾਰੀ ਉਸ ਤੋਂ ਬਾਅਦ ਸੁਨੀਲ ਜਾਖੜ ਜਦੋਂ ਬਣੇ ਮਸਾਂ ਮਸਾਂ ਕਾਂਗਰਸ ਦੇ ਹੱਥ 'ਚੋਂ ਸੀਟ ਆਈ ਪਰ ਫਿਰ ਉਹ ਬੀ ਜੇ ਪੀ ਦੇ ਕੋਲ ਵਾਪਸ ਜਾ ਚੁੱਕੀ ਹੈਗੀ ਆ ਸੰਨੀ ਦਿਓਲ ਉੱਥੋਂ ਆਪਣੀ ਜਿੱਤ ਦਰਜ ਕਰਾ ਚੁੱਕੇ ਹੈਗੇ ਔਰ ਉਹ ਵੀ ਬਹੁਤ ਵੱਡੇ 82,459 ਵੋਟਾਂ ਦੇ ਨਾਲ ਔਰ ਸੁਨੀਲ ਜਾਖੜ ਜਿਹੜੇ ਹੈਗੇ ਨੇ ਕਾਂਗਰਸ ਤੋਂ ਉਹਨਾਂ ਨੂੰ ਜਿਹੜਾ 82,000 ਵੋਟਾਂ ਨਾਲ ਉਹਨਾਂ ਨੇ ਪਿੱਛੇ ਛੱਡੇ ਔਰ ਜਦ ਆਪਾਂ ਪਹਿਲੇ ਦੀ ਗੱਲ ਕਰੀਏ ਵਿਨੋਦ ਖੰਨਾ 1,36,000 ਵੋਟਾਂ ਦੇ ਨਾਲ ਜਿੱਤੇ ਸੀਗੇ ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਵੀ ਇੱਕ ਟਫ ਫਾਈਟ ਰਹੀ ਅਤੇ ਜੇ ਸੁਨੀਲ ਜਾਖੜ ਜਿੱਤ ਸਕਦੇ ਸੀਗੇ ਜੇ ਸ਼ਾਇਦ ਸੰਨੀ ਦਿਓਲ ਅੱਗੇ ਨਾ ਹੁੰਦੇ ਸੰਨੀ ਦਿਓਲ ਦਾ ਇੱਕ ਫੈਨ ਫੋਲੋਇੰਗ ਦਾ ਜਾਦੂ ਸ਼ਾਇਦ ਜੋ ਹਮੇਸ਼ਾ ਫਿਲਮਾਂ 'ਚ ਵੀ ਚੱਲਦਾ ਹੈ ਉਹ ਇੱਥੇ ਪੰਜਾਬ ਦੀ ਗੁਰਦਾਸਪੁਰ ਦੀ ਜਨਤਾ 'ਤੇ ਵੀ ਚੱਲਿਆ ਹੈਗਾ ਸੰਨੀ ਦਿਓਲ ਨੂੰ ਟੋਟਲ ਮਿਲੀਆਂ 558,719 ਵੋਟਾਂ ਯਾਨੀ ਤਕਰੀਬਨ 50% ਵੋਟਾਂ ਸੁਨੀਲ ਜਾਖੜ ਨੂੰ ਮਿਲੀਆਂ 476,260 ਵੋਟਾਂ ਯਾਨੀ 43% ਵੋਟਾਂ ਹੋਰ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਹੀ ਇੱਕ ਮੁਕਾਬਲਾ ਸੀਗਾ ਇੱਕ ਟਫ ਫਾਈਟ ਸੀਗੀ ਅੱਗੇ ਲੈ ਕੇ ਚੱਲਦੇ ਹੈਗੇ ਹੁਸ਼ਿਆਰਪੁਰ ਸੀਟ ਬਾਅਦ ਸੋਮ ਪ੍ਰਕਾਸ਼ ਬੀ ਜੇ ਪੀ ਤੋਂ ਜਿੱਤੇ ਨੇ ਔਰ ਕਾਂਗਰਸ ਦੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਉਹਨਾਂ ਨੇ 48,350 ਵੋਟਾਂ ਤੋਂ ਜਿਹੜਾ ਹੈਗਾ ਹਰਾਇਆ ਵਿਜੇ ਸਾਂਪਲਾ ਪਹਿਲੇ 13,582 ਵੋਟਾਂ ਨਾਲ ਇੱਥੋਂ ਜਿੱਤੇ ਸੀਗੇ ਔਰ ਜੇ ਇਹਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ ਜੋ ਕਿ ਇਸ ਸੀਟ ਤੋਂ ਜਿਹੜਾ ਹੈਗਾ ਹੁਸ਼ਿਆਰਪੁਰ ਸੀਟ ਤੋਂ ਟੋਟਲ ਸੋਮ ਪ੍ਰਕਾਸ਼ ਨੂੰ ਮਿਲੇ 421,320 ਵੋਟਾਂ 42% ਵੋਟਾਂ ਔਰ ਸੈਕਿੰਡ ਨੰਬਰ 'ਤੇ ਜੋ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਮਿਲੇ 372,790 ਵੋਟਾਂ ਯਾਨੀ ਕਿ 37% ਜਿਹੜੀ ਹੈਗੀ ਉਹ ਪੋਲਿੰਗ ਜਿਹੜੀ ਹੈਗੀ ਉਹ ਰਹੀ ਉਹਨਾਂ ਦੀ ਔਰ ਤੀਸਰੇ ਨੰਬਰ 'ਤੇ ਖੁਸ਼ੀ ਰਾਮ ਬੀ ਐੱਸ ਪੀ ਦੇ ਪੀ ਡੀ ਏ ਦੇ ਅਲਾਇੰਸ ਦੇ 1,28,564 ਵੋਟਾਂ 12% ਦੇ ਨਾਲ ਉਹਨਾਂ ਨੂੰ ਜਿਹੜੀ ਹੈਗੀ ਵੋਟਾਂ ਮਿਲੀਆਂ ਜਲੰਧਰ ਦੀ ਸੀਟ ਦੀ ਗੱਲ ਕਰਾਂਗੇ ਜਲੰਧਰ ਵਾਲਿਆਂ ਨੇ ਦਿੱਲੀ 'ਚ ਆ ਕੇ ਹੰਸਰਾਜ ਹੰਸ ਨੇ ਵੈਸਟ ਦਿੱਲੀ ਦੇ ਵਿੱਚ ਤਾਂ ਜਿੱਤ ਹਾਸਿਲ ਕਰ ਲਈ ਪਰ ਆਪਣੀ ਜਲੰਧਰ ਸੀਟ ਤੋਂ ਉਹਨਾਂ ਦਾ ਜਿੱਤਣਾ ਜਿਹੜਾ ਹੈਗਾ ਔਖਾ ਹੋ ਗਿਆ ਸੀਗਾ ਉਧਰੋਂ ਜਿੱਤ ਨਹੀਂ ਸੀ ਦਰਜ ਕਰਾ ਪਾਏ ਪਰ ਫਿਰ ਵੀ ਜਲੰਧਰ ਦੇ ਵਿੱਚ ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਅਟਵਾਲ ਅਕਾਲੀ ਦਲ ਨੂੰ ਹਰਾਉਂਦਿਆਂ ਹੋਇਆਂ 19,491 ਵੋਟਾਂ ਦੇ ਡਿਫਰੈਂਸ ਤੋਂ ਜਿਹੜਾ ਹੈਗਾ ਆਪਣੀ ਉੱਥੇ ਜਿੱਤ ਜਿਹੜੀ ਹੈਗੀ ਜਿੱਤ ਨੂੰ ਦਰਜ ਕੀਤਾ ਹੈਗਾ ਤੋ ਜਲੰਧਰ ਦੀ ਸੀਟ ਤੋਂ ਟੋਟਲ ਆਪਾਂ ਜੇ ਗੱਲ ਕਰੀਏ ਤਾਂ
ਸੰਤੋਖ ਸਿੰਘ ਚੌਧਰੀ ਨੂੰ ਮਿਲੇ 385,712 ਵੋਟਾਂ 37%, ਚਰਨਜੀਤ ਸਿੰਘ ਅਟਵਾਲ ਨੂੰ ਮਿਲੇ 366,221 ਵੋਟਾਂ 35%, ਬਲਵਿੰਦਰ ਕੁਮਾਰ ਤੀਸਰੇ ਨੰਬਰ 'ਤੇ ਰਹੇ, ਬਹੁਜਨ ਸਮਾਜ ਪਾਰਟੀ PDA ਤੋਂ 204,783 ਵੋਟਾਂ 20%, ਬਹੁਤ ਇੱਕ ਵੱਡਾ ਮਾਰਜਨ ਜਿਹੜਾ ਹੈਗਾ ਉਹ ਵੀ ਲੈ ਕੇ ਅੱਗੇ ਉਹਨਾਂ ਨੇ ਬੜਤ ਕੀਤੀ। ਖਡੂਰ ਸਾਹਿਬ ਦੀ ਬੜੀ ਵੱਡੀ ਸੀਟ ਸੀਗੀ, ਬੜੀ ਉਮੀਦ ਸੀਗੀ ਔਰ ਪੰਥਕ ਜਥੇਬੰਦੀਆਂ ਦੀ ਬਹੁਤ ਨਜ਼ਰ ਸੀਗੀ, ਪਰ ਫਿਰ ਵੀ ਅਖੀਰ ਦੇ ਵਿੱਚ ਜਿਹੜਾ ਹੈਗਾ ਪੰਥਕ ਜਥੇਬੰਦੀਆਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੀ ਇੱਕ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉੱਥੇ ਨਜਗਾ ਜੋ ਟਿੱਕੀ ਹੋਈ ਸੀਗੀ ਬੀਬੀ ਪਰਮਜੀਤ ਕੌਰ ਖਾਲੜਾ ਤਾਂ ਟਿੱਕੀ ਹੋਈ ਸੀਗੀ ਪਰ ਉਹ ਤੀਸਰੇ ਨੰਬਰ 'ਤੇ ਰਹੇ। ਪਹਿਲੇ ਨੰਬਰ 'ਤੇ ਜਸਬੀਰ ਸਿੰਘ ਗਿੱਲ ਡਿੰਪਾ ਕਾਂਗਰਸ ਤੋਂ ਰਹੇ, ਦੂਸਰੇ ਨੰਬਰ 'ਤੇ ਬੀਬੀ ਜਗੀਰ ਕੌਰ ਰਹੀ ਔਰ 1,40,573 ਦੇ ਮਾਰਜਨ ਦੇ ਨਾਲ ਜਿਹੜਾ ਹੈਗਾ ਜਸਬੀਰ ਸਿੰਘ ਗਿੱਲ ਡਿੰਪਾ ਜਿਹੜੇ ਜਿੱਤੇ। ਔਰ ਬੀਬੀ ਜਗੀਰ ਕੌਰ ਦੀ ਜੇ ਆਪਾਂ ਗੱਲ ਕਰਦੇ ਹੈਗੇ ਤਾਂ ਖਡੂਰ ਸਾਹਿਬ ਦੀ ਸੀਟ ਤੋਂ, ਜੀ ਹਾਂ ਸੰਗਤ ਜੀ, ਖਡੂਰ ਸਾਹਿਬ ਦੀ ਸੀਟ ਤੋਂ ਜਸਬੀਰ ਸਿੰਘ ਗਿੱਲ ਡਿੰਪਾ ਨੂੰ ਮਿਲਿਆ 4,59,710 ਵੋਟਾਂ 43%, ਬੀਬੀ ਜਗੀਰ ਕੌਰ ਨੂੰ 3,19,137 ਵੋਟਾਂ 30%, ਅਤੇ ਜੋ ਕਿ ਖਾਸ ਨਜ਼ਰ ਸੀਗੀ ਪਰਮਜੀਤ ਕੌਰ ਖਾਲੜਾ ਪੰਜਾਬ ਏਕਤਾ ਪਾਰਟੀ ਤੋਂ PDA ਦੇ ਅਲਾਇੰਸ ਨੂੰ, ਉਹਨਾਂ ਨੂੰ ਮਿਲੀਆਂ 2,14,499 ਵੋਟਾਂ, ਯਾਨੀ ਕਿ 20% ਵੋਟਾਂ ਜਿਹੜੀ ਹੈਗੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਹੜੀ ਹੈਗੀ ਹੈ ਸੀਟ ਦੇ ਉੱਪਰ ਮਿਲੇ ਸੀਗੇ। ਔਰ ਟੋਟਲ ਜੇ ਆਪਾਂ ਗੱਲ ਕਰੀਏ ਤਾਂ ਤਿੰਨ ਸੀਟਾਂ ਹੋਰ ਨੇ, ਲੁਧਿਆਣਾ ਦੀ ਸੀਟ ਤੋਂ ਰਵਨੀਤ ਸਿੰਘ ਬਿੱਟੂ ਜਿੱਤੇ ਕਾਂਗਰਸ ਤੋਂ, ਸਿਮਰਜੀਤ ਸਿੰਘ ਬੈਂਸ ਨੂੰ ਉਹਨਾਂ ਨੇ 76,372 ਵੋਟਾਂ ਤੋਂ ਹਰਾਇਆ ਸੀਗਾ। ਰਵਨੀਤ ਸਿੰਘ ਬਿੱਟੂ ਪਹਿਲੇ ਵੀ 19,709 ਵੋਟਾਂ ਤੋਂ ਡਿਫਰੈਂਸ ਤੋਂ ਜਿੱਤੇ ਸੀਗੇ, ਐਤਕੀ ਉਹਨਾਂ ਦਾ ਮਾਰਜਨ ਵੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵਧਿਆ ਹੈਗਾ, 76,000 ਵੋਟਾਂ ਦਾ ਮਾਰਜਨ ਉਹਨਾਂ ਨੇ ਜੋ ਹੈਗਾ ਉੱਧਰ ਤੱਕ ਦਾ ਸਫ਼ਰ ਤੈਅ ਕੀਤਾ। ਔਰ ਟੋਟਲ ਦੀ ਜੇ ਆਪਾਂ ਗੱਲ ਕਰੀਏ ਤਾਂ ਰਵਨੀਤ ਸਿੰਘ ਬਿੱਟੂ ਨੂੰ ਜਿਹੜੀ ਹੈਗੀ 3,83,795 ਵੋਟਾਂ ਜਿਹੜੀ ਹੈਗੀਆਂ ਉਹ ਮਿਲੀਆਂ, 36% ਵੋਟਾਂ ਉਹਨਾਂ ਨੂੰ ਮਿਲੀਆਂ। ਔਰ ਸੈਕਿੰਡ ਨੰਬਰ 'ਤੇ ਜਿਹੜਾ ਉੱਥੇ ਜੋ ਰਹੇ ਸੈਕਿੰਡ ਨੰਬਰ 'ਤੇ ਸਿਮਰਜੀਤ ਸਿੰਘ ਬੈਂਸ PDA ਅਲਾਇੰਸ ਦੇ ਲੋਕ ਇਨਸਾਫ ਪਾਰਟੀ ਦੇ, 3,07,423 ਵੋਟਾਂ 29% ਵੋਟਾਂ ਉਹਨਾਂ ਨੂੰ ਮਿਲੀਆਂ। ਤੀਸਰੇ ਨੰਬਰ 'ਤੇ ਰਹੇ ਮਹੇਸ਼ ਇੰਦਰ ਸਿੰਘ ਗਿਰੇਵਾਲ ਅਕਾਲੀ ਦਲ ਤੋਂ, 2,99,435 ਵੋਟਾਂ 28% ਵੋਟਾਂ ਨੂੰ ਰਹੀਆਂ। ਔਰ ਇਸ ਸੀਟ 'ਤੇ ਆਪਾਂ ਨਾਮ ਜੋ ਕਿ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਬਾਬਾ ਜੀ ਬਰਗਰ ਵਾਲੇ ਜਿਹੜੇ ਸੀਗੇ ਰਵਿੰਦਰਪਾਲ ਸਿੰਘ, ਬਾਬਾ ਜੀ ਬਰਗਰ ਵਾਲੇ ਉਹ ਵੀ ਇੰਡੀਪੈਂਡੈਂਟ ਦੇ ਤੌਰ 'ਤੇ ਖੜ੍ਹੇ ਹੋਏ ਸੀਗੇ, ਨਜ਼ਰ ਸੀ ਉਹਨਾਂ ਦੇ ਉੱਪਰ ਕਿ ਬਾਬਾ ਜੀ ਬਰਗਰ ਵਾਲੇ ਕੀ ਕਮਾਲ ਕਰਦੇ, ਪਰ ਉਹਨਾਂ ਦਾ ਥੋੜ੍ਹਾ ਜਿਹਾ ਜਾਦੂ ਤਾਂ ਚੱਲਿਆ ਹੈ। 1,359 ਵੋਟਾਂ ਉਹਨਾਂ ਨੇ ਆਪਣੇ ਹਿੱਸੇ ਦੇ ਵਿੱਚ ਦਰਜ ਕਰਾਈਆਂ, ਸੋ ਇੱਕ ਵੱਡਾ ਇੱਕ ਨਾਮ ਸੀਗਾ, ਸੋ ਜੋ ਕਿ ਵੱਡਾ ਇੱਕ ਮਾਰਜਨ ਜਿਹੜਾ ਹੈਗਾ ਉਹਨਾਂ ਨੂੰ ਮਿਲਿਆ ਬਾਬਾ ਜੀ ਬਰਗਰ ਵਾਲੇ ਉਹਨਾਂ ਨੂੰ ਇੱਕ ਉੱਧਰੋਂ ਜਿਹੜਾ ਜੋ ਕਾਫੀ ਇੱਕ ਵੱਡਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਆਮ ਬੰਦੇ ਨੂੰ ਵੀ ਜਿਹੜਾ ਹੈਗਾ ਜੇ 1,350 ਵੋਟਾਂ ਪਾਉਂਦੀਆਂ ਹੈਗੀਆਂ ਜਿਹਦਾ ਕੋਈ ਪੋਲੀਟੀਕਲ ਬੈਕਗਰਾਊਂਡ ਹੈ ਤਾਂ ਇੱਕ ਅੱਛੀ ਚੀਜ਼ ਹੈਗੀ ਆ। ਪਟਿਆਲੇ ਤੋਂ ਪਰਨੀਤ ਕੌਰ, ਇੱਕ ਜੋ ਕਿ ਪਿਛਲੀ ਵਾਰੀ ਵੀ ਪਰਨੀਤ ਕੌਰ ਨੇ ਟਰਾਈ ਕੀਤੀ ਸੀਗੀ ਪਰ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਜੋ ਕਿ 20,942 ਵੋਟਾਂ ਦੇ ਡਿਫਰੈਂਸ ਤੋਂ ਜਿੱਤੇ ਸੀਗੇ, ਪਰ ਪਰਨੀਤ ਕੌਰ ਨੇ ਐਤਕੀ ਫਿਰ ਬਾਜੀ ਮਾਰੀ ਹੈ ਔਰ ਸੁਰਜੀਤ ਸਿੰਘ ਰੱਖੜਾ ਨੂੰ ਅਕਾਲੀ ਦਲ ਤੋਂ 1,62,718 ਵੋਟਾਂ ਤੋਂ ਪਿੱਛੇ ਛੱਡਦੇ ਹੋਏ ਜਿਹੜੀ ਹੈਗੀ ਆ ਆਪਣੀ ਜਿੱਤ ਜਿਹੜੀ ਹੈਗੀ ਆ ਉਹਨਾਂ ਨੇ ਦਰਜ ਕੀਤੀ ਹੈਗੀ ਹੈ। ਟੋਟਲ ਜੇ ਆਪਾਂ ਗੱਲ ਕਰਦੇ ਹੈਗੇ ਹਾਂ ਟੋਟਲ ਅਤੇ ਪਰਨੀਤ ਕੌਰ ਨੂੰ ਮਿਲੀਆਂ ਹੈਗੀਆਂ ਕੈਪਟਨ ਅਮਰਿੰਦਰ ਸਿੰਘ ਦੀ ਜੋ ਵਾਈਫ ਹੈਗੀ ਉਹਨਾਂ ਨੂੰ ਮਿਲੇ 5,32,027 ਵੋਟਾਂ 45%, ਔਰ ਸੈਕਿੰਡ ਨੰਬਰ 'ਤੇ ਸੁਰਜੀਤ ਸਿੰਘ ਰੱਖੜਾ ਅਕਾਲੀ ਦਲ ਤੋਂ ਉਹਨਾਂ ਨੂੰ ਮਿਲੀਆਂ 3,69,309 ਵੋਟਾਂ 31%, ਔਰ ਤੀਸਰੇ ਨੰਬਰ 'ਤੇ ਜਿਹੜੇ ਰਹੇ ਨੇ ਡਾਕਟਰ ਧਰਮਵੀਰ ਗਾਂਧੀ ਰਹੇ ਨੇ 1,61,645 ਵੋਟਾਂ 13% ਵੋਟਾਂ ਜਿਹੜੀਆਂ ਉਹਨਾਂ ਨੂੰ ਪੋਲ ਹੋਈਆਂ ਨੇ। ਭਗਵੰਤ ਮਾਨ ਨੂੰ ਸੰਗਰੂਰ ਤੋਂ, ਕਿਉਂਕਿ ਸਿਰਫ ਇੱਕੋ ਸੀਟ ਜਿਹੜੀ ਹੈਗੀ ਆ ਅਕਾਲੀ ਦਲ ਨੂੰ ਜੋ ਆਮ ਆਦਮੀ ਪਾਰਟੀ ਨੂੰ ਜਿਹੜੀ ਮਿਲੀ ਹੈਗੀ ਹੈ ਸਿਰਫ ਇੱਕੋ ਸੀਟ 'ਤੇ ਹੀ ਉਹਨਾਂ ਨੂੰ ਜਿਹੜਾ ਹੈਗਾ ਆਪਣਾ ਜਿਹੜਾ ਸੰਕੋਚ ਕਰਨਾ ਪਿਆ, ਜਿੱਥੇ 4 ਸੀਟਾਂ ਪਿਛਲੇ ਸਾਲ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀਗੀਆਂ, ਪਰ ਭਗਵੰਤ ਮਾਨ ਆਪਣੀ ਸੀਟ ਨੂੰ ਜਿਹੜਾ ਹੈਗਾ ਬਣਾਏ ਰੱਖਣ ਨੇ ਔਰ ਬੜੇ ਅੱਛੇ ਮਾਰਜਨ ਦੇ ਨਾਲ। ਉਹਨਾਂ ਨੇ ਕੇਵਲ ਸਿੰਘ ਢਿੱਲੋਂ ਕਾਂਗਰਸ ਨੂੰ 1,10,211 ਵੋਟਾਂ ਦੇ ਨਾਲ ਹਰਾਇਆ ਹੈਗਾ, ਪਰ ਪਿਛਲੀ ਵਾਰੀ ਇਹਨਾਂ ਦਾ ਮਾਰਜਨ ਜੋ ਸੀਗਾ ਇਸ ਤੋਂ ਦੁੱਗਣਾ ਸੀਗਾ, 2,11,000 ਦਾ ਮਾਰਜਨ ਸੀਗਾ। ਤੋ ਐਤਕੀ ਜਿਹੜਾ ਹੈਗਾ ਭਗਵੰਤ ਮਾਨ ਨੂੰ ਜਿਹੜਾ ਅੱਧੇ ਮਾਰਜਨ ਦੇ ਵਿੱਚ ਜਿਹੜਾ ਹੈਗਾ ਗੇਮ ਖਿੱਚਣੀ ਪਈ, ਫਸਵਾਂ ਮੁਕਾਬਲਾ ਰਿਹਾ, ਪਰ ਕੀ ਟੋਟਲ ਪੋਲਸ ਰਹੀਆਂ ਟੋਟਲ ਕੀ ਕਿੰਨੀਆਂ ਰਿਹਾ ਉਹ ਤੁਹਾਨੂੰ ਦੱਸਦੇ ਹੈਗੇ ਹਾਂ। ਭਗਵੰਤ ਮਾਨ ਨੂੰ ਟੋਟਲ ਪਈਆਂ 4,13,561 ਵੋਟਾਂ 37% ਵੋਟਾਂ। ਸੈਕਿੰਡ ਨੰਬਰ 'ਤੇ ਕੇਵਲ ਸਿੰਘ ਢਿੱਲੋਂ ਨੂੰ ਪਈਆਂ 3,03,350 ਵੋਟਾਂ 27%,
ਔਰ ਪਰਮਿੰਦਰ ਸਿੰਘ ਢੀਂਡਸਾ ਜੋ ਕਿ ਇੱਕ ਅਕਾਲੀ ਦਲ ਦੇ ਬੜਾ ਇਹਨਾਂ ਦਾ ਕੰਪੀਟੀਸ਼ਨ ਟਫ ਚੱਲਦਾ ਸੀਗਾ, ਸਿਰਫ 2,63,498 ਵੋਟਾਂ 23% ਵੋਟਾਂ ਜਿਹੜੀ ਤੇ ਉਹਨਾਂ ਨੂੰ ਜਿਹੜਾ ਹੈਗਾ ਸੰਕੋਚ ਕਰਨਾ ਪਿਆ। ਸੋ ਟੋਟਲ ਜੇ ਆਪਾਂ ਗੱਲ ਕਰਦੇ ਹੈਗੇ ਤਾਂ ਆਮ ਆਦਮੀ ਪਾਰਟੀ ਦੀ ਇੱਕ ਸੀਟ ਪੰਜਾਬ 'ਚ ਰਹੀ, ਉਸ ਤੋਂ ਇਲਾਵਾ ਅਕਾਲੀ ਦਲ ਦੀ ਜੇ ਆਪਾਂ ਜੇ ਗੱਲ ਕਰਦੇ ਹੈਗੇ ਹਾਂ ਭਾਰਤੀ ਜਨਤਾ ਪਾਰਟੀ ਦੋ ਜਿਹੜੀ ਹੈਗੀ ਭਾਰਤੀ ਜਨਤਾ ਪਾਰਟੀ ਦੀ ਸੀਟਾਂ ਰਹੀਆਂ, ਦੋ ਅਕਾਲੀ ਦਲ ਦੀ ਰਹੀਆਂ ਅਤੇ 8 ਸੀਟਾਂ ਜਿਹੜੀ ਹੈਗੀ ਕਾਂਗਰਸ ਦੀ ਆਈਆਂ। ਘੱਟੋ ਘੱਟ ਐਗਜ਼ਿਟ ਪੋਲ ਦੇ ਵਿੱਚ 10 ਦੀ ਗੱਲ ਕੀਤੀ ਜਾ ਰਹੀ ਸੀਗੀ, ਪਰ ਫਿਰ ਵੀ 8 ਸੀਟਾਂ 'ਤੇ ਜਿਹੜਾ ਹੈਗਾ ਕਾਂਗਰਸ ਨੂੰ ਜਿਹੜਾ ਹੈਗਾ ਜੋ ਹੈਗਾ ਵਿਰਾਮ ਜਿਹੜਾ ਇੱਥੇ ਲਗਾਉਣਾ ਪਿਆ। ਓਵਰਆਲ ਇਸੇ ਤਰੀਕੇ ਕਵਰੇਜ ਜਿਹੜੀ ਹੈਗੀ ਉਹਦੇ ਨਾਲ ਅਸੀਂ ਤੁਹਾਨੂੰ ਜੋੜਦੇ ਰਹਾਂਗੇ, ਔਰ ਕੀ ਜੋ ਕਿ ਸਾਰੇ ਫੈਸਲੇ ਹੋਣਗੇ, ਕੌਣ ਮੰਤਰੀ ਬਣਨਗੇ, ਕਿਸ ਤਰੀਕੇ ਦੀ ਸਰਕਾਰ ਬਣੇਗੀ, ਔਰ ਇਹ ਵੀ ਦੇਖਣਾ ਹੈਗਾ ਕਿ ਜੇ ਹੁਣ ਇਹ ਤਾਂ ਕਨਫਰਮ ਹੈਗਾ ਕਿ ਮੋਦੀ ਸਰਕਾਰ ਭਾਰਤ ਦੇ ਵਿੱਚ ਬਣ ਰਹੀ, ਮੋਦੀ ਪ੍ਰਧਾਨ ਮੰਤਰੀ ਬਣ ਕੇ ਆ ਰਹੇ ਹੈ, ਪਰ ਕੀ ਅਲਾਇੰਸ ਦੇ ਤੌਰ 'ਤੇ, ਕਿਉਂਕਿ ਅਕਾਲੀ ਦਲ ਨਾਲ ਅਲਾਇੰਸ ਹੈ, ਅਤੇ ਕੀ ਜੋ ਹੁਣ ਜੋ ਕਿ ਮੋਦੀ ਸਰਕਾਰ ਨੂੰ 4 ਸੀਟਾਂ ਹੁਣ ਪੰਜਾਬ ਤੋਂ ਵੀ ਮਿਲੀਆਂ ਨੇ, ਅਤੇ ਕੀ ਉਹਨਾਂ ਨੂੰ ਉਹਨਾਂ ਵਿੱਚੋਂ ਕੋਈ ਮਿਨਿਸਟਰ ਕੋਈ ਮਿਲ ਸਕਦਾ ਹੈਗਾ ਜਾਂ ਨਹੀਂ, ਇਹ ਹੁਣ ਦੇਖਣਾ ਬਾਕੀ ਹੈਗਾ।